ਫੋਟੋ ਕਿਉਂ ਨਹੀਂ ਕੰਪਨੀ ਹੁੰਦੀ ਜੀ? ਜੀ ਇਹ ਕਹਿਣ ਦਾ ਭਾਵ ਸਹੀ ਹੈ। ਪਹਿਲਾਂ ਇੱਕ ਵਿਅਕਤੀ ਨੂੰ ਸੈਟਿੰਗ ਕਾਲ ਆਈ ਸੀਗੀ, ਜਿਹੜੀ ਐਕਸਟੋਰਸ਼ਨ ਦੀ ਕਾਲ ਆਈ ਸੀਗੀ, ਤਾਂ ਉਹਨਾਂ ਨੇ ਪੁਲਿਸ ਨੂੰ ਦੱਸਿਆ, ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ FIR ਦਰਜ ਕੀਤੀ ਸੀ। FIR ਨੰਬਰ 87 ਹੈ, ਮਿਤੀ 14/7/2024 ਦੀ, ਅਤੇ ਇਹ ਜਿਹੜੇ ਹੈਗੇ 308 ਸਬ ਸੈਕਸ਼ਨ 4 ਅਤੇ 351 ਸਬ ਸੈਕਸ਼ਨ 3 ਜਿਹੜਾ BMS ਹੈ ਉਹਦੇ ਵਿੱਚ ਥਾਣਾ ਕੋਤਵਾਲੀ ਪਰਚਾ ਦਰਜ ਕੀਤਾ ਗਿਆ ਸੀ। ਬਾਅਦ ਦੇ ਵਿੱਚ ਸਾਡੀ ਟੀਮਸ ਨੇ SPCT, SPD, DSPCT 2, ਇੰਚਾਰਜ CIA 2 ਅਤੇ ਬਾਕੀ ਸਟਾਫ ਨੇ ਇਹਨਾਂ ਨੇ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਅਤੇ ਉਸਦੇ ਵਿੱਚ ਅਲਟੀਮੇਟਲੀ ਟਰੇਸ ਕਰ ਲਿਆ, ਪਤਾ ਲੱਗਿਆ ਕਿ ਇਹ ਇੱਕ ਫੇਕ ਰੈਂਸਮ ਟਾਈਪ ਕਾਲ ਸੀ। ਜਿਹੜਾ ਵਿਅਕਤੀ ਸੀਗਾ ਉਹਦਾ ਕਿਸੇ ਵੀ ਕਿਸੇ ਗੈਂਗਸਟਰ ਨਾਲ ਇਸ ਤਰੀਕੇ ਨਾਲ ਕੋਈ ਸੰਬੰਧ ਨਹੀਂ ਸੀਗਾ, ਨਾ ਹੀ ਕੋਈ ਉਹਦਾ ਅਪਰਾਧਿਕ ਪਿਛੋਕੜ ਸੀਗਾ, ਅਤੇ ਲੇਕਿਨ ਉਹਨੇ ਜਿਹੜਾ ਹੈਗਾ ਇਸ ਇੱਕ ਜਿਹੜੀ ਕਾਲ ਕੀਤੀ ਸੀਗੀ ਫਿਰੌਤੀ ਵਾਲੀ, ਇਹਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀਗੀ ਉਹਨੂੰ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ, ਉਹਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ, ਅਤੇ ਜਿਹੜੀ ਮੁੱਢਲੀ ਤਫਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਉਹਨੇ ਸਿਰਫ ਕਿਸੇ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀਗੀ ਬਲਕਿ 2-3 ਜਣਿਆਂ ਨੂੰ ਬਠਿੰਡਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀਗੀ। ਅਤੇ ਇਹਦੇ ਇਹਦਾ ਜਿਹੜਾ ਨਾਮ ਹੈਗਾ, ਇਹਦਾ ਨਾਮ ਹੈ ਵਿਨੈ ਕੁਮਾਰ, ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈਗਾ, ਪੇਂਟਿੰਗ ਦੀ ਸ਼ੋਪ 'ਤੇ ਕੰਮ ਕਰਦਾ, ਅਤੇ ਪਹਿਲਾਂ ਜਿਹੜਾ ਹੈਗਾ ਇਹਦਾ ਕੋਈ ਵੀ ਕ੍ਰਿਮੀਨਲ ਪਿਛੋਕੜ ਨਹੀਂ ਹੈ। ਅਤੇ ਤੁਹਾਡੇ ਰਾਹੀਂ ਲੋਕਾਂ ਨੂੰ ਅਸੀਂ ਇਹੀ ਰਿਕੁਐਸਟ ਦੁਬਾਰਾ ਕਰਨਾ ਚਾਹੁੰਦੇ ਹਾਂ ਕਿ ਜਦੋਂ ਵੀ ਇਸ ਤਰੀਕੇ ਦੀ ਕੋਈ ਕਾਲ ਆਉਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਦੱਸਿਆ ਜਾਵੇ, ਤਾਂ ਕਿ ਅਸੀਂ ਉਹਦੀ ਤਹਿ ਤੱਕ ਜਾ ਕੇ ਪਤਾ ਕਰ ਸਕੀਏ ਕਿ ਇਹਦੀ ਸੱਚਾਈ ਕੀ ਹੈ। ਮਕਸਦ ਕੀ ਰਿਜ਼ਰਵ ਕਰਨ ਦਾ, ਮਕਸਦ ਕੀ ਸੀ ਕਾਲ ਕਰਨ ਦਾ? ਬੇਸਿਕਲੀ ਮਕਸਦ ਤਾਂ ਪੈਸੇ ਹਟਣੇ ਸੀ। ਸਰ ਕਿੰਨੇ ਦੀ ਫਿਰੌਤੀ ਮੰਗੀ ਸੀ ਨਾ ਜੀ ਫੋਨ 'ਤੇ? ਇਹਨੇ ਪਹਿਲਾਂ 30 ਲੱਖ ਦੀ ਫਿਰੌਤੀ ਮੰਗੀ ਸੀ। ਉਸ ਤੋਂ ਬਾਅਦ 30 ਤੱਕ ਕੀ ਸੀ? 30 ਲੱਖ 'ਤੇ ਕਾਇਮ ਰਿਹਾ ਸੀ।
ਸਰ ਜਿਹੜੀ ਤੁਸੀਂ ਤਿੰਨ ਕਹਿ ਰਹੇ ਹੋ, ਤਿੰਨ ਜਣਿਆਂ ਤੋਂ ਫਰੋਤੀ ਮੰਗੀ ਸੀ, ਤਿੰਨੋਂ ਬਠਿੰਡੇ ਸ਼ਹਿਰ ਤੋਂ ਬਿਲੋਂਗ ਕਰਦੇ ਨੇ? ਕਹੇ ਮੁਤਾਬਿਕ ਬਠਿੰਡੇ ਸ਼ਹਿਰ ਦੇ ਵਿੱਚ ਹੀ ਨੇ ਸੀਗੇ। ਸਰ ਇਹ ਬੇਸਿਕ ਕੰਮ ਕੀ ਕਰਦਾ ਸੀਗਾ? ਇਹ ਡੈਂਟਿੰਗ ਪੇਂਟਿੰਗ ਦੀ ਸ਼ੋਪ ਤੇ ਕੰਮ ਕਰਦਾ ਜੀ। ਮੋਬਾਈਲ ਫੋਨ ਦੀ ਡਿਟੇਲ ਜਿਹੜੀ ਹੈਗੀ ਉਹ ਕਿਉਂਕਿ ਹੁਣ ਅਸੀਂ ਫੜੇ ਹੈਗੇ ਤਾਂ ਉਹਦੀ ਡਿਟੇਲ ਅਸੀਂ ਤੁਹਾਨੂੰ ਦੱਸਾਂਗੇ। ਹਾਂ, ਓਪਰੇਸ਼ਨਲ ਡਿਟੇਲ ਜਿਹੜੀ ਹੈਗੀ ਕੁਛ ਅਸੀਂ ਜਿਹੜੀ ਹੈਗੀ ਸਰ ਜਿਹੜੇ ਜਿੰਨਾ ਤੋਂ ਫਰੋਤੀ ਮੰਗੀ ਆ ਉਹ ਕੀ ਪੇਸ਼ੇ ਤੋਂ ਡਾਕਟਰ ਹੈ, ਕੀ ਕਾਰੋਬਾਰ ਕੌਣ ਸੀ? ਉਹ ਵੱਖ-ਵੱਖ ਤਰੀਕੇ ਦੇ ਜਿਹਨਾਂ ਦੇ ਉਹ ਪ੍ਰੋਫੈਸ਼ਨਲ ਬੈਕਗ੍ਰਾਉਂਡ ਹੁੰਦੇ ਉਹ ਸਾਹਮਣੇ ਆਏ ਕਿ ਨੇ ਵੱਖ-ਵੱਖ ਪ੍ਰੋਫੈਸ਼ਨਲ ਬੈਕਗ੍ਰਾਉਂਡ ਦੇ ਬੰਦੇ ਤੋਂ। ਸਰ ਜਿਸ ਤਰ੍ਹਾਂ ਇਹਦੇ ਮਾਇੰਡ ਦੇ ਵਿੱਚ ਹੈ, ਜੇ ਤੁਸੀਂ ਕਹਿੰਦੇ ਵੀ ਕ੍ਰਾਈਮ ਪਿਛਲਾ ਕੋਈ ਹੈ ਨਹੀਂ, ਅਤੇ ਮਾਇੰਡ 'ਚ ਕਿਸ ਤਰ੍ਹਾਂ ਵੀ ਫਰੋਤੀ ਮੰਗਦਾ ਕੋਈ ਮੋਬਾਈਲ ਰਾਹੀਂ, ਇੰਟਰ ਰਾਹੀਂ, ਕਿਆ ਯਾਰ ਦੋਸਤਾਂ ਰਾਹੀਂ ਕਿਵੇਂ ਪਤਾ ਲੱਗਿਆ? ਦੇਖੋ ਜੀ, ਉਹੀ ਮੈਂ ਦੁਬਾਰਾ ਬੇਨਤੀ ਤੁਹਾਨੂੰ ਤਾਂ ਹੀ ਕਰ ਰਿਹਾ ਕਿ ਇਹ ਕਈ ਵਾਰ ਜਿਹੜਾ ਯੂਥ ਹੁੰਦਾ ਜਾਂ ਤਾਂ ਜੋ ਕਿ ਘੱਟ ਪੈਸੇ ਕਮਾ ਰਿਹਾ ਜਾਂ ਬੇਰੁਜ਼ਗਾਰ ਹੈਗਾ, ਜਿੱਦਾਂ ਪਹਿਲਾਂ ਵੀ ਪਿੱਛੇ ਵੀ ਅਸੀਂ ਕੇਸ ਫੇਸ ਕੀਤਾ ਸੀਗਾ ਇਸ ਤਰੀਕੇ ਦਾ, ਉਹ ਲਾਲਚ 'ਚ ਆ ਕੇ ਇਸ ਤਰੀਕੇ ਦੇ ਕ੍ਰਾਈਮ ਦੀ ਰਾਹ 'ਤੇ ਪੈ ਜਾਂਦੇ। ਬਟ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ, ਇੱਕ ਤਾਂ ਜਿਹੜੇ ਯੂਥ ਇਸ ਤਰੀਕੇ ਦੇ ਗਲਤ ਕੰਮਾਂ 'ਚ ਪੈ ਜਾਂਦੇ ਕਿ ਉਹ ਨਾ ਕਰਨ, ਕਿਉਂਕਿ ਅਲਟੀਮੇਟਲੀ ਫੜੇ ਜਾਓਗੇ ਤਾਂ ਇਹਦੇ ਵਿੱਚ ਸਜ਼ਾ ਵਗੈਰਾ ਜਿਹੜੀ ਕਾਫੀ ਹੁੰਦੀ, ਕਰੀਅਰ ਤਬਾਹ ਹੋ ਜਾਂਦਾ। ਦੂਜਾ, ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਕੋਈ ਵੀ ਕਾਲ ਆਉਂਦੀ ਹੈ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ, ਨਾ ਤਾਂ ਅਸੀਂ ਕਿਸੇ ਦੀ ਆਈਡੈਂਟੀ ਡਿਸਕਲੋਜ਼ ਕਰਦੇ ਹਾਂ, ਤੁਹਾਡੀ ਹੈਲਪ ਵੀ ਕਰਾਂਗੇ ਅਤੇ ਕੇਸ ਵੀ ਟਰੇਸ ਕਰਾਂਗੇ। ਸਰ ਇਸ ਤੋਂ ਕੋਈ ਹਥਿਆਰ ਵੀ ਬਰਾਮਦ ਹੋਇਆ? ਨਹੀਂ ਜੀ, ਕੋਈ ਹਥਿਆਰ ਜਿਹੜਾ ਹੈਗਾ ਬਰਾਮਦਗੀ ਹੁਣ ਤੱਕ ਨਹੀਂ। ਜਿਵੇਂ ਜਾਨ ਤੋਂ ਮਾਰੇ ਧਮਕੀ ਦੇ ਰਿਹਾ ਸੀ ਤਾਂ ਕੋਈ ਹਥਿਆਰ ਮਾਰੋ? ਉਹ ਦੇਖੋ ਜੀ, ਇਹਦਾ ਓਬਵੀਅਸ ਇਹਦਾ ਪਿਛੋਕੜ ਜਿਹੜਾ ਹੈਗਾ ਕ੍ਰਿਮੀਨਲ ਤਾਂ ਹੈ ਨਹੀਂ, ਨਾ ਹੀ ਕਿਸੇ ਗੈਂਗ ਦਾ ਮੈਂਬਰ ਹੈ, ਤਾਂ ਇਹਨੇ ਤਾਂ ਵੈਸੇ ਹੀ ਇੱਕ ਜਿਹੜੀ ਹੈ ਆਪਣਾ ਫੇਕ ਟਾਈਪ ਦੀ ਕਰਕੇ ਦੇਖ ਲਈ। ਪੜ੍ਹਿਆ ਲਿਖਿਆ ਸਰ ਤੇ ਅਨਪੜ੍ਹ? ਪੜ੍ਹਿਆ ਲਿਖਿਆ ਹੈਗਾ, ਅਨਪੜ੍ਹ ਹੈ? ਜਿਸ ਤਰੀਕੇ ਦਾ ਬੈਕਗ੍ਰਾਉਂਡ ਹੈਗਾ, ਆਈ ਡੋਂਟ ਥਿੰਕ ਮੱਚ ਐਜੂਕੇਸ਼ਨ ਹੋਏਗੀ। ਬੜਾ ਦੱਸ ਠੀਕ।